ਸਾਨੂੰ ਫੋਨ ਵਸੂਲ ਹੋਇਆ ਸੀ ਕਿ ਇੱਕ ਸਟੂਡੈਂਟ ਜਾਲੀ ਪੇਪਰ ਦਿੰਦਾ ਫੜਿਆ। ਜਨਾਬ ਨੇ ਜਾਂ ਤਾਂ ਜਾਣਕਾਰੀ ਗਲਤ ਦੇ ਦਿੱਤੀ ਹੈ ਜਾਂ ਫਿਰ ਇਹਨਾਂ ਨੂੰ ਖੁਦ ਨੂੰ ਹੀ ਜਾਣਕਾਰੀ ਗਲਤ ਮਿਲੀ ਹੈ, ਕਿਉਂਕਿ ਸਾਹਿਬ ਕਹਿ ਰਹੇ ਨੇ ਜਾਲੀ ਪੇਪਰ ਦਿੰਦਾ ਇੱਕ ਵਿਅਕਤੀ ਕਾਬੂ ਕੀਤਾ ਗਿਆ। ਨਹੀਂ, ਅਜਿਹਾ ਨਹੀਂ ਹੋਇਆ, ਬਲਕਿ ਸਹੀ ਪੇਪਰ ਦਿੰਦਾ ਇੱਕ ਜਾਲੀ ਬੰਦਾ ਕਾਬੂ ਕੀਤਾ ਗਿਆ। ਜੀ ਹਾਂ, ਅੱਜ ਅਧਿਆਪਕ ਯੋਗਤਾ ਦਾ ਟੈਸਟ ਸੀ। ਪੂਰੇ ਪੰਜਾਬ ਦੇ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਇਹ ਪੇਪਰ ਦਿੱਤਾ ਜਾ ਰਿਹਾ ਸੀ ਅਤੇ ਮੁਕਤਸਰ ਦੀ ਅਕਾਲ ਅਕੈਡਮੀ ਵਿੱਚ ਵੀ ਇਹ ਟੈਸਟ ਦੇਣ ਲਈ ਕੁਝ ਅਧਿਆਪਕ ਪਹੁੰਚੇ ਅਤੇ ਇਹਨਾਂ ਵਿੱਚੋਂ ਇੱਕ ਵਿਅਕਤੀ ਜਾਲੀ ਨਿਕਲ ਗਿਆ, ਯਾਨੀ ਕਿ ਇਹ ਵਿਅਕਤੀ ਕਿਸੇ ਹੋਰ ਦਾ ਪੇਪਰ ਦੇ ਰਿਹਾ ਸੀ ਜਿਸ ਨੂੰ ਸੈਂਟਰ ਵਿੱਚ ਕਾਬੂ ਕੀਤਾ ਗਿਆ ਅਤੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਕੌਣ ਸੀ ਇਹ ਵਿਅਕਤੀ, ਤੁਸੀਂ ਸਭ ਪਾਸੋਂ ਹੀ ਸੁਣ ਲਵੋ। ਬਸ ਓਕੇ ਸਰ, ਕੀ ਮਾਮਲਾ ਸੀ, ਕੀ ਮਾਮਲਾ ਸੀਗਾ, ਕੀ ਹੋਇਆ ਹੈਗਾ ਔਰ ਕੀ ਕਾਰਵਾਈ ਹੈ ਜਿਹੜੀ? ਅੱਜ ਅਕਾਲ ਅਕੈਡਮੀ ਤੋਂ ਸਾਨੂੰ ਫੋਨ ਵਸੂਲ ਹੋਇਆ ਸੀ ਕਿ ਇੱਕ ਸਟੂਡੈਂਟ ਜਾਲੀ ਪੇਪਰ ਦਿੰਦਾ ਫੜਿਆ। ਜਦੋਂ ਅਸੀਂ ਉੱਥੇ ਜਾ ਕੇ ਪੜਤਾਲ ਕੀਤੀ ਤਾਂ ਅਸੀਂ ਦੇਖਿਆ ਕਿ ਸੁਰਿੰਦਰ ਕੰਬੋਜ ਵਿਦਿਆਰਥੀ ਸੀ, ਸਨ ਰਮੇਸ਼ ਕੁਮਾਰ, ਉਹਦੀ ਜਗ੍ਹਾ 'ਤੇ ਭਜਨ ਸਿੰਘ ਪੁੱਤਰ ਨਾਰਾਇਣ ਸਿੰਘ ਵਾਸੀ ਲਾਲੋਵਾਲੀ ਤਹਿਸੀਲ ਦਾ ਜ਼ਿਲ੍ਹਾ ਫਾਜ਼ਿਲਕਾ, ਉਹ ਜਾਲੀ ਪੇਪਰ ਉਸੇ ਦੇ ਰੋਲ ਨੰਬਰ 'ਤੇ ਆਪਦੀ ਫੋਟੋ ਲਾ ਕੇ ਪੇਪਰ ਦੇ ਰਿਹਾ ਸੀ, ਜਿਹਦੇ 'ਤੇ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ। ਬੰਦਾ ਕਾਬੂ ਕਰ ਲਿਆ? ਹਾਂਜੀ ਬਿਲਕੁਲ ਜੀ, ਬੰਦਾ ਕਾਬੂ ਕਰ ਲਿਆ ਜੀ। ਕੀ ਕੀ ਕਾਰਵਾਈ ਕਰ ਰਹੇ ਹੋ, ਕਿਸ ਤਰ੍ਹਾਂ ਧਾਰਾ ਉਹਦੇ 'ਤੇ? ਧਾਰਾ 417, 419, 465, 68, 71, 120 BIPC ਕੇਸ ਰਜਿਸਟਰ ਕੀਤਾ ਗਿਆ ਜੀ। ਮਾਮਲਾ ਤੁਹਾਡੇ ਕੋਲ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਵੀ ਲੈਂਦਾ ਜਾ ਰਿਹਾ? ਹਾਂਜੀ, ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆ ਕੇ ਇਹ ਮਾਮਲਾ ਦਰਜ ਕੀਤਾ ਜੀ। ਸਰ, ਕਿਹਦੀ ਖਾਮੀ ਮੰਨਿਆ ਜਾ ਰਿਹਾ ਜੋ ਇਸ ਤਰ੍ਹਾਂ ਲੋਕ ਅੰਦਰ ਪਹੁੰਚ ਗਏ ਫਰਜ਼ੀ ਕਾਗਜ਼ਾਤ ਦੇ ਆਧਾਰ 'ਤੇ? ਇਹ ਤਾਂ ਦੇਖੋ ਜੀ, ਉਹਦੀ ਫੋਟੋ ਲਾ ਕੇ ਉਹਨਾਂ ਨੇ ਚੈਕਿੰਗ ਦੌਰਾਨ ਫੜ ਲਿਆ ਜੀ, ਆਪਣੀ ਫੋਟੋ ਲਾ ਕੇ ਉਹੀ ਧੋਖਾਧੜੀ ਕਰਨ ਆਇਆ ਸੀ ਇੱਥੇ। ਪੇਪਰ 'ਚ ਬੈਠ ਗਿਆ ਸੀਗਾ ਜਾਂ ਬਾਹਰ ਹੀ ਫੜਿਆ ਗਿਆ ਹੈਗਾ? ਇਹ ਕਿੰਨੇ ਅੰਦਰ ਸੈਂਟਰ 'ਚ ਫੜਿਆ ਜੀ ਉਹਨਾਂ ਨੇ? ਓਕੇ, ਜਦੋਂ ਉਹਨਾਂ ਨੇ ਚੈਕਿੰਗ ਕੀਤੀ ਰੋਲ ਨੰਬਰਾਂ ਦੀ ਚੈਕਿੰਗ ਕੀਤੀ ਅਤੇ ਉਹਨਾਂ ਦੇ ਜਿਹੜੇ ਅਬਜ਼ਰਵਰ ਸਾਹਿਬ ਸੀ ਅਤੇ ਸੁਪਰਡੈਂਟ ਸਾਹਿਬ ਸੀ ਉਹਨਾਂ ਨੇ ਫੜ ਲਿਆ ਜੀ, ਅਤੇ ਫਿਰ ਸਾਨੂੰ ਕਾਲ ਕੀਤੀ ਜੀ, ਅਸੀਂ ਆ ਕੇ ਤੁਰੰਤ ਕਾਰਵਾਈ ਕੀਤੀ। ਮਾਮਲਾ ਸਿਰਫ ਮੁਕਤਸਰ ਵਿੱਚ ਹੀ ਨਹੀਂ ਵਾਪਰਿਆ ਬਲਕਿ ਫਰੀਦਕੋਟ ਵਿੱਚ ਵੀ ਇਹ ਮਾਮਲਾ ਵੇਖਣ ਨੂੰ ਸਾਹਮਣੇ ਆਇਆ, ਜਿੱਥੇ ਸ਼ਾਇਦ ਆਪਣੀ ਸਹੇਲੀ ਦਾ ਪੇਪਰ ਦੇਣ ਇੱਕ ਕੁੜੀ ਪਹੁੰਚੀ। ਮੈਡਮ ਖੁਦ ਤਾਂ ਪਹੁੰਚੇ ਨਹੀਂ ਪਰ ਆਪਣੀ ਜਗ੍ਹਾ ਕਿਸੇ ਹੋਰ ਨੂੰ ਭੇਜ ਦਿੱਤਾ, ਸ਼ਾਇਦ ਪੇਪਰ ਔਖਾ ਹੋਵੇਗਾ ਅਤੇ ਦੂਜੀ ਕੁੜੀ ਕਾਫੀ ਇੰਟੈਲੀਜੈਂਟ ਹੋਵੇਗੀ। ਪਰ ਕਹਿੰਦੇ ਨੇ ਜਦੋਂ ਮਾੜੀ ਕਿਸਮਤ ਹੁੰਦੀ ਹੈ ਤਾਂ ਊਠ 'ਤੇ ਬੈਠੇ ਨੂੰ ਵੀ ਕੁੱਤਾ ਵੱਢ ਲੈਂਦਾ, ਬਸ ਕੁਝ ਅਜਿਹਾ ਹੀ ਵਾਪਰ ਗਿਆ। ਫਰੀਦਕੋਟ ਦੇ ਸੈਂਟਰ ਵਿੱਚ ਅਧਿਆਪਕਾਂ ਨੇ ਇਸ ਨੂੰ ਵੀ ਕਾਬੂ ਕਰ ਲਿਆ ਜਿਹੜੀ ਕਿਸੇ ਹੋਰ ਦਾ ਪੇਪਰ ਖੁਦ ਦੇ ਰਹੀ ਸੀ। ਕੌਣ ਸੀ ਇਹਦੇ ਬਾਰੇ ਵੀ ਜਾਣਕਾਰੀ ਲੈ ਲਿਓ। ਕੇਂਦਰ ਨੰਬਰ 03008 ਦੇ ਵਿੱਚ ਨਿਊ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਵਿੱਚ ਸਾਡੇ ਕੋਲ 10:50 'ਤੇ ਇੱਕ ਇੰਪਰਸੋਨੇਸ਼ਨ ਦਾ ਕੇਸ ਸੀਗਾ। ਇੱਕ ਵਿਦਿਆਰਥਣ ਸੀ ਜਿਹੜੀ ਕਿਸੇ ਹੋਰ ਦੀ ਜਗ੍ਹਾ ਪੇਪਰ ਦੇ ਰਹੀ ਸੀ, ਤਾਂ ਉਹ ਕੇਸ ਹੈ ਜਿਹੜਾ ਉਹ ਅਸੀਂ ਟਰੇਸ ਆਊਟ ਕੀਤਾ ਅਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਅਸੀਂ ਉਹਦੇ 'ਤੇ ਅਨਫੇਅਰ ਮੀਨਸ ਦਾ ਕੇਸ ਵੀ ਬਣਾਇਆ ਅਤੇ ਉਹਦੇ ਅਗੇਂਸਟ ਹੈ ਜਿਹੜੀ ਉਹ ਪੁਲਿਸ ਡਿਪਾਰਟਮੈਂਟ ਨੂੰ FIR ਲਾਂਚ ਹੈ ਜਿਹੜੀ ਉਹ ਕਰਵਾ ਦਿੱਤੀ ਗਈ ਹੈ ਅਤੇ ਉਹਦੀ ਬਣਦੀ ਅਗਲੀ ਕਾਰਵਾਈ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ। ਜਿਹੜਾ ਕੈਂਡੀਡੇਟ ਸੀ ਉਹਦਾ ਰੋਲ ਨੰਬਰ ਸੀ ਜਿਹੜਾ ਉਹ ਸੀ 10/12/346 ਅਤੇ ਉਹਦਾ ਨਾਮ ਸੀ ਹਰਸ਼ਦੀਪ ਕੌਰ, ਡਾਟਰ ਆਫ ਕੁਲਵੰਤ ਸਿੰਘ, ਅਤੇ ਜਿਹੜੀ ਕੁੜੀ ਪਕੜੀ ਗਈ ਆ ਉਹਦਾ ਨਾਮ ਹੈ ਸੀ ਨਵਦੀਪ ਕੌਰ, ਡਾਟਰ ਆਫ ਤਜਿੰਦਰ ਸਿੰਘ, ਅਤੇ ਉਹ ਲੱਦੂ ਕੇ ਹਿਠਾੜ ਜ਼ਿਲ੍ਹਾ ਫਾਜ਼ਿਲਕਾ ਨੂੰ ਬਿਲੋਂਗ ਕਰਦੀ ਸੀ ਅਤੇ ਉਹ ਅੰਮ੍ਰਿਤਸਰ ਦੀ ਕਿਸੇ ਕੈਂਡੀਡੇਟ ਦੀ ਜਗ੍ਹਾ 'ਤੇ ਜਿਹੜਾ ਪੇਪਰ ਹੈ ਉਹ ਅਟੈਂਪਟ ਕਰ ਰਹੀ ਸੀ।
ਉਹਦੇ ਵਿਰੁੱਧ ਜਿਹੜੀ FIR ਉਹ ਲਾਂਚ ਕਰਵਾ ਦਿੱਤੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਹੈ। ਇਹਦੇ 'ਤੇ ਸਾਨੂੰ ਡਾਊਟਫੁੱਲ ਹੋਇਆ, ਇਹਦੀ ਫੋਟੋ ਹੈ ਜਿਹੜੀ ਇਹਦੀ ਸਨੈਪ ਲੱਗੀ ਸੀ ਉਹ ਕੈਂਡੀਡੇਟ ਨਾਲ ਮੈਚ ਨਹੀਂ ਸੀ ਕਰਦੇ ਇਹਦੇ ਨੈਨ ਨਕਸ਼, ਤਾਂ ਸਾਨੂੰ ਇਹ ਡਾਊਟਫੁੱਲ ਲੱਗੀ ਅਤੇ ਪੁੱਛਗਿੱਛ ਦੌਰਾਨ ਉਹਨੇ ਮੰਨਿਆ ਕਿ ਉਹ ਕਿਸੇ ਹੋਰ ਦੀ ਜਗ੍ਹਾ ਪੇਪਰ ਦੇ ਰਹੀ ਹੈ। ਗੁਰਬਾਣੀ ਦਾ ਵੀ ਫੁਰਮਾਨ ਹੈ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਏ, ਭਾਵ ਅਜਿਹਾ ਕੰਮ ਮਨੁੱਖ ਨੂੰ ਕਦੇ ਨਹੀਂ ਕਰਨਾ ਚਾਹੀਦਾ ਕਿ ਅੰਤ 'ਚ ਪਛਤਾਉਣਾ ਪੈ ਜਾਵੇ, ਪਰ ਲੋਕ ਸਮਝਣ ਵਾਲੇ ਕਿੱਥੇ ਨੇ। ਬਸ ਫਿਰ ਹੁਣ ਨਤੀਜਾ ਤੁਸੀਂ ਵੇਖ ਹੀ ਲਿਆ, ਇਹਨਾਂ ਪੱਲੇ ਪਛਤਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਫਰੀਦਕੋਟ ਤੋਂ ਜਗਤਾਰ ਦੁਸਾਂਝ, ਮੁਕਤਸਰ ਤੋਂ ਸੋਨੀ ਢੱਲਾ, ਪੰਜਾਬੀ ਲੋਕ ਚੈਨਲ।